ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਨੇ ਅੱਜ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ ਅਤੇ ਇਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਨਵਾਂ ਵਾਇਰਸ ਹੋਣ ਕਾਰਨ ਇਸ ਦਾ ਕੋਈ ਇਲਾਜ ਵੀ ਸੰਭਵ ਨਹੀਂ ਹੋ ਸਕਿਆ, ਜਿਸ ਕਾਰਨ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕੋਰੋਨਾ ਵਾਇਰਸ ਤੋਂ ਬਚਾਓ ਲਈ ਇਹਨਾਂ ਨੁਸਖਿਆਂ ਦਾ ਖਾਸ ਧਿਆਨ ਰੱਖੋ। ਇਸ ਵਾਇਰਸ ਦਾ ਆਕਾਰ 400 ਤੋਂ 500 ਮਾਈਕਰੋਨ ਹੈ ਤਾਂ ਕੋਈ ਵੀ ਮਾਸਕ ਇਸ ਨੂੰ ਰੋਕ ਨਹੀਂ ਸਕਦਾ। ਉੱਚ ਕੀਮਤ ਦਾ ਮੁਖੌਟਾ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ। ਇਹ ਵਾਇਰਸ ਹਵਾ ਵਿੱਚ ਨਹੀਂ ਰਹਿੰਦਾ, ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਸੇ ਚੀਜ਼ ਜਾਂ ਕਿਸੇ ਜੀਵ 'ਤੇ ਯਾਤਰਾ ਕਰਦਾ ਹੈ, ਇਸ ਲਈ ਇਹ ਹਵਾ ਨਾਲ ਨਹੀਂ ਫੈਲਦਾ। ਜੇ ਇਹ ਵਾਇਰਸ ਧਾਤ 'ਤੇ ਹੈ ਤਾਂ ਇਹ 12 ਘੰਟਿਆਂ ਲਈ ਜਿਉਂਦਾ ਹੈ। ਕਿਸੇ ਵੀ ਅਜਿਹੀ ਲਾਗ ਵਾਲੇ ਧਾਤ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਇਹ ਵਾਇਰਸ 9 ਘੰਟੇ ਕੱਪੜਿਆਂ 'ਤੇ ਰਹਿੰਦਾ ਹੈ। ਕੱਪੜੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਓ ਅਤੇ ਸੂਰਜ ਵਿੱਚ ਸੁਕਾਉਣਾ ਇਸ ਮਕਸਦ ਦੀ ਪੂਰਤੀ ਕਰਦਾ ਹੈ। ਇਹ ਵਾਇਰਸ 10 ਮਿੰਟ ਲਈ ਹੱਥਾਂ 'ਤੇ ਰਹਿੰਦਾ ਹੈ, ਇਸ ਲਈ ਹੱਥਾਂ ਨੂੰ ਅਲਕੋਹਲ ਸਟਰਲਾਈਜ਼ਰ ਲਗਾ ਕੇ ਬਚਾਓ ਅਤੇ ਇਹਨਾਂ ਨੂੰ ਜੇਬ ਵਿੱਚ ਰੱਖਣ ਦੀ ਆਦਤ ਬਣਾਓ। ਵਾਇਰਸ ਦੀ ਮੌਤ 26 ਤੋਂ 27 ਡਿਗਰੀ ਦੇ ਤਾਪਮਾਨ 'ਤੇ ਆਉਂਦੀ ਹੈ, ਇਸ ਲਈ ਗਰਮ ਪਾਣੀ ਪੀਓ ਅਤੇ ਧੁੱਪ ਲਓ। ਆਈਸਕ੍ਰੀਮ ਅਤੇ ਠੰਡੇ ਭੋਜਨ ਤੋਂ ਪਰਹੇਜ਼ ਕਰੋ। ਗਰਮ ਨਮਕ ਵਾਲੇ ਪਾਣੀ ਨਾਲ ਗਾਰਗਲ ਕਰੋ। ਇਹ ਵਾਇਰਸ ਨੂੰ ਫੇਫੜਿਆਂ ਵਿੱਚ ਪਹੁੰਚਣ ਤੋਂ ਰੋਕਦਾ ਹੈ। ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰੋ। ਇਹਨਾਂ ਸਾਰੀਆਂ ਚੀਜ਼ਾਂ ਦਾ ਪਾਲਣ ਕਰੋ ਅਤੇ ਕੋਰੋਨਾ ਵਾਇਰਸ ਤੋਂ ਬਚੋ।